ਨਹੀਂ ਜਾਨ ਤੋਂ ਬਹੁਤ ਖੁਸ਼ ਹੈ, ਹਮਨੇ ਤੋ ਸਿਲਵਰ ਵੀ ਗੋਲਡ ਵਰਗਾ ਲੱਗ ਰਿਹਾ, ਗੋਲਡ ਉਸ ਕਹਿ ਗਿਆ ਉਹ ਵੀ ਮਾਰੇ ਲੜਕਾ ਜੀ ਮਿਹਨਤ ਕਰ ਕਰਤਾ। ਉਹ ਵੀ ਮੇਰੇ ਬੇਟੇ ਅਰਸ਼ਨ ਨਦੀਮ ਕਾ ਵੀ ਦੋਸਤ ਵੀ ਹੈ ਔਰ ਭਾਈ ਵੀ ਹੈ, ਉਹ ਵੀ ਮੇਰਾ ਬੇਟਾ ਹੈ ਇਨਸ਼ਾਅੱਲਾ ਤਾਲਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਸੱਜਣੋ ਤਬੇਲੀਓ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਸੋ ਅਤੇ ਆਪਦੀ ਜ਼ਿੰਦਗੀ ਜ਼ਰੂਰ ਕੋਈ ਨਾ ਕੋਈ ਚੰਗਾ ਅਤੇ ਸੋਹਣਾ ਕੰਮ ਕਰਦੇ ਪਏ ਹੋ ਸੋ। ਸੱਜਣੋ ਤਬੇਲੀਓ, ਪਾਕਿਸਤਾਨ ਦੇ ਅਥਲੀਟ ਅਰਸ਼ਦ ਨਦੀਮ ਜਿਹੜਾ ਨਾ, ਉਸ ਪੈਰਿਸ ਓਲੰਪਿਕਸ 2024 ਦੇ ਵਿੱਚ ਗੋਲਡ ਮੈਡਲ ਜਿੱਤਿਆ ਹੈ ਅਤੇ ਪੂਰੇ ਪਾਕਿਸਤਾਨ 'ਚ ਬਲਕਿ ਪੂਰੀ ਦੁਨੀਆ 'ਚ ਉਸ ਆਪਦੀ ਬੱਲੇ ਬੱਲੇ ਕਰਾ ਦਿੱਤੀ ਹੈ ਅਤੇ ਆਪਦੇ ਮੁਲਕ ਦਾ ਨਾਂ ਰੋਸ਼ਨ ਕੀਤਾ ਹੈ, ਪਾਕਿਸਤਾਨ ਦਾ, ਆਪਦੇ ਸ਼ਹਿਰ ਮੀਆਂ ਚੰਨੂ ਦਾ, ਆਪਦੀ ਫੈਮਿਲੀ ਦਾ ਅਤੇ ਆਪਣਾ ਨਾਂ ਰੋਸ਼ਨ ਕੀਤਾ ਹੈ ਅਤੇ ਹਰ ਪਾਸੇ ਉਹਨਾਂ ਦੀਆਂ ਤਾਰੀਫਾਂ ਹੋ ਰਹੀਆਂ ਨੇ ਔਰ ਯਕੀਨਨ ਉਹ ਤਾਰੀਫ ਦੇ ਮੁਸਤਹਿਕ ਵੀ ਨੇ ਕਿ ਜਿਸ ਤਰ੍ਹਾਂ ਉਹਨਾਂ ਗਰੀਬੀ ਦੀ ਜ਼ਿੰਦਗੀ ਇਹ ਗੁਜ਼ਾਰੀ ਹੈ, ਇੱਕ ਗਰੀਬ ਛੋਟੇ ਜਿਹੇ ਘਰ ਦੇ ਵਿੱਚ ਉਸ ਜਨਮ ਲਿਆ, ਉਹਦੇ ਵਾਲਿਦ ਸਾਹਿਬ ਜਿਹੜੇ ਹਨ ਉਹ ਮਿਸਤਰੀ ਦਾ ਕੰਮ ਕਰਦੇ ਹਨ ਅਤੇ ਇੰਤਹਾਈ ਗਰੀਬ ਘਰ ਨਾਲ ਤਾਲੁਕ ਰੱਖਦੇ ਹਨ, ਲੇਕਿਨ ਉਹਦੇ ਬਾਵਜੂਦ ਉਸ ਆਪਦੀ ਮਿਹਨਤ, ਲਗਨ ਅਤੇ ਜਜ਼ਬੇ ਦੇ ਬਲਬੋਤੇ 'ਤੇ ਅੱਜ ਪੈਰਿਸ ਓਲੰਪਿਕਸ ਦੇ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ। ਯਕੀਨਨ ਨੇ ਉਹਦੀ ਜਿਹੜੀ ਕਾਮਯਾਬੀ ਹੈ ਨਾ, ਉਹ ਪੂਰੇ ਪਾਕਿਸਤਾਨ ਵਾਸਤੇ, ਪੂਰੇ ਸਭ ਕੰਟੀਨੈਂਟ ਵਾਸਤੇ ਫਖਰ ਦੀ ਗੱਲ ਹੈ ਅਤੇ ਫਖਰ ਸਾਰੇ ਕਰ ਵੀ ਰਹੇ ਨੇ। ਜਿਹੜੇ ਇੰਡੀਆ ਦੇ ਸਾਡੇ ਭਾਈ ਨੇ ਮੁਖਤਲਿਫ ਯੂਟਿਊਬਰਸ ਚੈਨਲਸ ਵਾਲੇ, ਉਹ ਬਹੁਤ ਜ਼ਿਆਦਾ ਤਾਰੀਫ ਕਰ ਰਹੇ ਨੇ ਅਰਸ਼ਦ ਨਦੀਮ ਦੀ ਅਤੇ ਉਹਨਾਂ ਦੀ ਅਸੀਂ ਵਾਕਈ ਉਹਨਾਂ ਦੀ ਵੀਡੀਓ ਵੇਖ ਕੇ ਨਾ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਲੋਕਾਂ ਦੀ ਸੋਚ ਬਦਲ ਰਹੀ ਹੈ। ਲੋਕ ਇੰਡੀਅਨ ਜਿਹੜੇ ਨੇ ਉਹ ਪਾਕਿਸਤਾਨ ਦੇ ਪਲੇਅਰਾਂ ਨੂੰ ਦੀ ਖੁਸ਼ੀ 'ਤੇ ਖੁਸ਼ ਹੋ ਰਹੇ ਨੇ ਅਤੇ ਪਾਕਿਸਤਾਨੀ ਜਿਹੜੇ ਨੇ ਉਹ ਇੰਡੀਆ ਦੀ ਜਿੱਤ 'ਤੇ, ਇੰਡੀਆ ਦੀ ਖੁਸ਼ੀ 'ਤੇ ਖੁਸ਼ ਹੁੰਦੇ ਨੇ। ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਇੰਡੀਆ ਦੀ ਕ੍ਰਿਕਟ ਟੀਮ ਵਰਲਡ ਕੱਪ ਜਿੱਤਿਆ ਹੈ ਕ੍ਰਿਕਟ ਦਾ ਅਤੇ ਪਾਕਿਸਤਾਨ ਦੇ ਵਿੱਚ ਵੀ ਉਹਨੂੰ ਸਪੋਰਟ ਕੀਤਾ ਗਿਆ ਅਤੇ ਪਾਕਿਸਤਾਨੀਆਂ ਵੀ ਆਪਦੇ ਹਮਸਾਏ, ਆਪਦੇ ਵਿਰਾਹ ਮੁਲਕ ਹਿੰਦੁਸਤਾਨ ਦੀ ਖੁਸ਼ੀ 'ਤੇ ਖੁਸ਼ੀਆਂ ਮਨਾਈਆਂ ਨੇ। ਇਵੇਂ ਹੀ ਅੱਜ ਅਸੀਂ ਵੇਖ ਰਹੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਲੋਕ ਜਿਹੜੇ ਨੇ ਉਹ ਪਾਕਿਸਤਾਨੀ, ਹਾਲਾਂਕਿ ਪਾਕਿਸਤਾਨੀ ਅਰਸ਼ਦ ਮਲਕ ਦਾ ਮੁਕਾਬਲਾ ਇੰਡੀਅਨ ਐਥਲੀਟ ਨੀਰਜ ਚੋਪੜਾ ਦੇ ਨਾਲ ਆ ਅਤੇ ਉਹ ਦੂਸਰੇ ਨੰਬਰ 'ਤੇ ਆਏ ਨੇ, ਉਹਨਾਂ ਸਿਲਵਰ ਮੈਡਲ ਜਿੱਤਿਆ ਅਤੇ ਪਾਕਿਸਤਾਨੀ ਜਿਹੜੇ ਅਰਸ਼ਦ ਨਦੀਮ ਹੈ ਉਹਨਾਂ ਗੋਲਡ ਮੈਡਲ ਜਿੱਤਿਆ ਹੈ। ਲੇਕਿਨ ਉਹਦੇ ਬਾਵਜੂਦ ਵੀ ਜਿਹੜੇ ਇੰਡੀਅਨ ਹੈ ਨਾ, ਉਹ ਪਾਕਿਸਤਾਨ ਦੀ ਜਿੱਤ 'ਤੇ ਬੜੇ ਖੁਸ਼ ਨੇ, ਬੜੇ ਖੁਸ਼ੀਆਂ ਮਨਾ ਰਹੇ ਨੇ, ਮੁਬਾਰਕਬਾਦ ਦੇ ਰਹੇ ਨੇ ਅਤੇ ਇਹ ਸਾਰੇ ਸਨੈਰੀਓ ਦੇ ਵਿੱਚ ਨਾ ਜਿਹੜੀ ਸਭ ਤੋਂ ਜ਼ਿਆਦਾ ਦਿਲ ਨੂੰ ਟੱਚ ਕਰਨ ਵਾਲੀ ਗੱਲ ਹੈ ਨਾ ਅਤੇ ਦਿਲ ਨੂੰ ਛੂਹ ਲਵਣ ਵਾਲੀ ਗੱਲ ਹੈ ਅਤੇ ਉਹ ਇਸ ਗੋਲਡ ਮੈਡਲ ਤੋਂ ਹਟ ਕੇ ਜਿਹਨੇ ਦਿਲ ਜਿੱਤਿਆ ਹੈ ਨਾ, ਮਤਲਬ ਅਰਸ਼ਦ ਮਲਿਕ ਤਾਂ ਨੀਰਜ ਚੋਪੜਾ ਤਾਂ ਦਿਲ ਜਿੱਤਿਆ ਹੀ ਹੈ ਨਾ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਲੋਕਾਂ ਦਾ, ਇੱਕ ਨੇ ਗੋਲਡ ਮੈਡਲ ਜਿੱਤਿਆ, ਦੂਸਰੇ ਨੇ ਸਿਲਵਰ ਮੈਡਲ ਜਿੱਤਿਆ। ਲੇਕਿਨ ਉਸ ਤੋਂ ਹਟ ਕੇ ਜਿਸ ਪਾਕਿਸਤਾਨੀਆਂ ਦਾ ਦਿਲ ਜਿੱਤਿਆ ਨਾ, ਉਹ ਜਿਹੜੀ ਹੈ ਨਾ ਉਹ ਮਾਂ ਹੈ, ਉਹ ਮਾਂ ਹੈ ਨੀਰਜ ਚੋਪੜਾ ਦੀ ਮਾਂ। ਜੈਸ ਇਹ ਗੱਲ ਕੀਤੀ ਹੈ, ਇਹ ਤੁਸੀਂ ਉਹਦਾ ਇੱਕ ਕਲਿੱਪ ਪਹਿਲੇ ਵੇਖ ਲਓ, ਪਹਿਲੇ ਵੀ ਤੁਸੀਂ ਵੇਖਿਆ, ਹੁਣ ਇੱਕ ਵਾਰੀ ਫਿਰ ਵੇਖ ਲਓ। ਨਹੀਂ ਜਾਨ ਤੋਂ ਬਹੁਤ ਖੁਸ਼ ਹੈ, ਹਮਨੇ ਤੋ ਸਿਲਵਰ ਵੀ ਗੋਲਡ ਵਰਗਾ ਲੱਗ ਰਿਹਾ, ਗੋਲਡ ਉਸ ਕਹਿ ਗਿਆ ਉਹ ਵੀ ਮਾਰੇ ਲੜਕਾ ਜੀ ਮਿਹਨਤ ਕਰ ਕਰਤਾ ਬਜ਼ਾਰੇ। ਕੋਈ ਬਾਤ ਨਹੀਂ ਜੀ, ਇਹ ਤਾਂ ਦਿਨੋਂ ਹੈ ਬੱਚੇ ਕੇ ਖਿਲਾੜੀ ਕੇ ਹਾਂਜੀ। ਤਾਂ ਤੁਸੀਂ ਵੇਖਿਆ ਨਾ ਕਿ ਉਹਨਾਂ ਦੀ ਮਾਂ ਆਖਦੀ ਪਈ ਹੈ ਕਿ ਅਰਸ਼ਦ ਵੀ ਮੇਰਾ ਪੁੱਤਰ ਹੈ, ਮੇਰਾ ਲੜਕਾ ਹੈ ਅਤੇ ਸਾਨੂੰ ਅਸੀਂ ਸਿਲਵਰ ਮੈਡਲ ਸਾਨੂੰ ਠੀਕ ਹੈ ਅਤੇ ਜਿਹੜਾ ਅਰਸ਼ਦ ਗੋਲਡ ਮੈਡਲ ਜਿੱਤਿਆ ਨਾ, ਸਾਨੂੰ ਉਹਦੀ ਤਾਂ ਖੁਸ਼ੀ ਹੈ, ਉਹ ਵੀ ਮੇਰਾ ਹੀ ਲੜਕਾ ਹੈ, ਅਗਰ ਉਹ ਜਿੱਤ ਗਿਆ ਹੈ ਤਾਂ ਫਿਰ ਵੀ ਮੈਨੂੰ ਇੰਨੀ ਖੁਸ਼ੀ ਹੈ ਕਿ ਜਿਵੇਂ ਮੇਰਾ ਪੁੱਤਰ ਜਿੱਤ ਗਿਆ, ਮੇਰਾ ਲੜਕਾ ਜਿੱਤ ਗਿਆ। ਅਤੇ ਇਸ ਮਾਂ ਨੂੰ ਸਲਾਮ ਅਸੀਂ ਪੇਸ਼ ਕਰਨਾ ਹੈ ਕਿ ਇਸ ਮਾਂ ਨੇ ਇਹ ਮਾਂ ਹੋਣ ਦਾ ਸਬੂਤ ਦਿੱਤਾ ਹੈ ਕਿ ਵਾਕਈ ਮਾਵਾਂ ਜਿਹੜੀਆਂ ਨੇ ਨਾ, ਉਹ ਵਾਕਈ ਮਾਵਾਂ ਹੀ ਆਉਂਦੀਆਂ ਨੇ।
ਤੇ ਵੈਸੇ ਵੀ ਜਿਹੜੇ ਅਰਸ਼ਦ ਨਦੀਮ ਹੈ ਤੇ ਨੀਰਜ ਚੋਪੜਾ ਉਹ ਕਾਫੀ ਅੱਛੇ ਦੋਸਤ ਹਨ, ਭਾਈਆਂ ਤਰ੍ਹਾਂ ਹਨ। ਜਿਵੇਂ ਇਹ ਤੁਸੀਂ ਇੱਕ ਕਲਿੱਪ ਵੇਖੋ, ਜਿਹੜੇ ਅਰਸ਼ਦ ਨਦੀਮ ਦੀ ਵਾਲਦਾ ਦਾ ਇੰਟਰਵਿਊ ਹੈ, ਉਹ ਵੀ ਇਹ ਗੱਲ ਕਰ ਰਹੀ ਹੈ ਕਿ ਨੀਰਜ ਜਿਹੜਾ ਨਾ, ਜਦੋਂ ਸਾਫ਼ੀ ਉਹਦੇ ਕੋਲ ਪੁੱਛਿਆ ਨਾ ਕਿ ਨੀਰਜ ਚੋਪੜਾ ਦੇ ਬਾਰੇ ਤੁਹਾਡੇ, ਉਹ ਆਉਂਦੀ ਕਿ ਨੀਰਜ ਚੋਪੜਾ ਵੀ ਮੇਰੇ ਅਰਸ਼ਦ ਦਾ ਭਾਈ ਹੈ ਅਤੇ ਉਹ ਮੇਰਾ ਪੁੱਤਰ ਹੈ। ਯਾਨੀ ਮਾਵਾਂ ਦੋਵਾਂ ਪਾਸੇ ਕਿੰਨੀਆਂ ਇੱਕੋ ਜਿਹੀ ਸੋਚ ਰੱਖਦੀਆਂ ਨੇ, ਅਰਸ਼ਦ ਦੀ ਮਾਂ ਅਤੇ ਨੀਰਜ ਦੀ ਮਾਂ ਕਿੰਨੀਆਂ, ਮਤਲਬ ਕਿ ਇੱਕੋ ਜਿਹੀ ਸੋਚ ਹੈ, ਪਿਆਰ ਮੁਹੱਬਤ। ਉਹਨੂੰ ਆਪਦਾ ਪੁੱਤਰ ਆਖ ਰਹੀ, ਉਹ ਉਹਨੂੰ ਆਪਦਾ ਪੁੱਤਰ, ਉਹ ਉਹਦੀ ਜਿੱਤ 'ਤੇ ਖੁਸ਼ ਹੈ ਸਿਲਵਰ ਮੈਡਲ ਨੀਰਜ ਦੀ, ਅਤੇ ਨੀਰਜ ਦੀ ਮਾਂ ਹਰਸ਼ਿਤ ਦੇ ਗੋਲਡ ਮੈਡਲ 'ਤੇ ਖੁਸ਼ ਹੈ ਅਤੇ ਖੁਸ਼ੀਆਂ ਮਨਾ ਰਹੀ ਹੈ। ਨਹੀਂ ਬੇਟਾ, ਉਹ ਵੀ ਮੇਰੇ ਬੇਟੇ ਅਰਸ਼ਨ ਨਦੀਮ ਕਾ ਵੀ ਦੋਸਤ ਵੀ ਹੈ ਔਰ ਭਾਈ ਵੀ ਹੈ, ਅਤੇ ਉਹ ਹਾਰ ਜੀਤ ਤੋਂ ਆਪਣੇ ਕਿਸਮਤ ਕੀ ਹੋਤੀ ਹੈ, ਔਰ ਉਹ ਵੀ ਮੇਰਾ ਬੇਟਾ ਹੈ, ਇਨਸ਼ਾਅੱਲਾ ਤਾਲਾ ਕਹਿੰਦੇ ਹੁੰਦੇ, ਉਸਨੂੰ ਵੀ ਕਾਮਯਾਬ ਕਰੇ ਅਲਾਮੀਆਂ, ਉਸਨੂੰ ਵੀ ਮੈਡਲ ਜਿੱਤਣ ਕੀ ਤੋਫੀਕ ਦੇਗਾ। ਔਰ ਦੋਨੇ ਭਾਈ ਸੀ, ਉਹਨਾਂ ਨੇ ਵੀ ਦੋਸਤ ਵੀ ਥੇ, ਔਰ ਮੈਂ ਉਸਕੇ ਲਈ ਵੀ ਦੁਆ ਕਰਤੀ ਜੂ, ਔਰ ਮੇਰਾ ਵੀ ਉਹ ਵੀ ਵਾਕਈ ਮਾਂ ਸਲਾਮ ਹੈ ਮਾਂ ਨੂੰ। ਮਾਂ ਇੱਕ ਵਾਕਈ ਐਸੀ ਹਸਤੀ ਹੈ ਕਿ ਜਿਹਦਾ ਕੋਈ ਨਿਮੁੱਲ ਬਦਲ ਨਹੀਂ, ਜਿਹਦੀ ਅਮਨ ਅਤੇ ਮੁਹੱਬਤ ਅਤੇ ਭਾਈਚਾਰੇ ਦੀ ਅਗਰ ਕੋਈ ਫਿਜ਼ਾ ਜਾਂ ਅਗਰ ਕੋਈ ਗੱਲ ਕਰਦੀ ਹੈ ਨਾ, ਤਾਂ ਉਹ ਇੱਕ ਮਾਂ ਹੀ ਕਰਦੀ ਹੈ। ਅਗਰ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਜੰਗਾਂ ਤੋਂ ਨਫ਼ਰਤ ਕੋਈ ਚੀਜ਼ ਸਿਖਾ ਸਕਦੀ ਹੈ ਨਾ, ਤਾਂ ਉਹ ਮਾਵਾਂ ਹੀ ਸਿਖਾ ਸਕਦੀਆਂ ਨੇ ਆਪਦੇ ਪੁੱਤਰਾਂ ਨੂੰ, ਕਿ ਜਿਹੜੀਆਂ ਹੁਣ ਤੱਕ ਸਾਨੂੰ ਨਫ਼ਰਤ ਸਿਖਾਈ ਜਾ ਰਹੀ ਹੈ ਹਿੰਦੂਆਂ ਦੇ ਖਿਲਾਫ਼, ਹਿੰਦੂਆਂ ਨੂੰ ਸਿਖਾਈ ਜਾ ਰਹੀ ਹੈ ਮੁਸਲਮਾਨਾਂ ਦੇ ਖਿਲਾਫ਼, ਇੰਡੀਅਨ ਪਾਕਿਸਤਾਨੀ ਤੂੰ ਅਤੇ ਪਾਕਿਸਤਾਨੀ ਇੰਡੀਆ ਤੂੰ, ਜਿਹੜੀ ਹੁਣ ਤਾਈਂ ਅਸੀਂ ਨਫ਼ਰਤ ਹੀ ਸਿੱਖਦੇ ਆਏ ਹਾਂ, ਨਫ਼ਰਤ ਹੀ ਕਿਤਾਬਾਂ 'ਚ ਪੜ੍ਹਦੇ ਆਏ ਹਾਂ, ਫਿਲਮਾਂ 'ਚ ਵੇਖਦੇ ਆਏ ਹਾਂ, ਮੀਡੀਆ 'ਤੇ ਸਾਨੂੰ ਨਫ਼ਰਤ ਨਜ਼ਰ ਆਉਂਦੀ ਹੈ। ਲੇਕਿਨ ਹੁਣ ਸੋਸ਼ਲ ਮੀਡੀਆ ਦੀ ਬਦੌਲਤ ਅਤੇ ਇਸ ਤਰ੍ਹਾਂ ਦੀਆਂ ਮਾਵਾਂ ਜਿਹੜੀਆਂ ਨੇ, ਅਰਸ਼ਦ ਦੀ ਮਾਂ ਅਤੇ ਨੀਰਜ ਦੀ ਮਾਂ, ਉਹਨਾਂ ਵਾਕਈ ਦੋਵਾਂ ਪਾਸੇ ਦੋਵਾਂ ਮੁਲਕਾਂ ਦਾ ਦਿਲ ਜਿੱਤੇ ਨੇ। ਅਤੇ ਕਿਵੇਂ ਉਹ ਕਿਸੇ ਗੱਲ ਕੀਤੀ ਹੈ ਕਿ ਪੂਰੀ ਦੁਨੀਆ ਦੀ ਅਗਰ ਹਕੂਮਤ ਮਾਵਾਂ ਨੂੰ ਮਿਲ ਜਾਵੇ ਨਾ, ਇੱਕ ਔਰਤ ਇੱਕ ਮਾਂ ਨੂੰ ਮਿਲ ਜਾਵੇ ਨਾ, ਤਾਂ ਪੂਰੀ ਦੁਨੀਆ 'ਚ ਜੰਗ ਦਾ ਖਾਤਮਾ ਹੋ ਜਾਵੇ, ਕਦੀ ਵੀ ਕੋਈ ਜੰਗ ਨਾ ਲੱਗੇ, ਕਦੀ ਵੀ ਕੋਈ ਕਤਲ ਨਾ ਹੋਵੇ, ਕਦੀ ਵੀ ਕਿਤੇ ਤਬਾਹੀ ਨਾ ਆਵੇ, ਜੇ ਅਗਰ ਮਾਵਾਂ ਹੀ ਇਹਨੂੰ ਮੁਲਕਾਂ ਦੀ ਸਰਬਰਾਹੀ ਦਿੱਤੀ ਜਾਵੇ। ਕਿਉਂਕਿ ਮਾਂ ਜਿਹੜੀ ਹੈ ਨਾ, ਉਹਦਾ ਦਿਲ ਬੜਾ ਨਾਜ਼ੁਕ ਹੁੰਦਾ ਹੈ ਅਤੇ ਬੜਾ ਪਿਆਰ ਅਤੇ ਮੁਹੱਬਤ ਵਾਲਾ ਦਿਲ ਹੁੰਦਾ ਹੈ। ਅਤੇ ਦੋਵਾਂ ਮਾਵਾਂ ਨੂੰ ਸਲਾਮ ਪੇਸ਼ ਕਰਨੇ ਹੈ, ਅਤੇ ਦੋਵਾਂ ਅਰਸ਼ਦ ਦੀ ਜਿਸ ਤਰ੍ਹਾਂ ਮਾਂ ਕਹਿ ਰਹੀ ਕਿ ਨੀਰਜ ਮੇਰੇ ਅਰਸ਼ਦ ਦਾ ਦੋਸਤ ਹੈ। ਅਤੇ ਇੱਕ ਜਗ੍ਹਾ 'ਤੇ ਮੈਂ ਪੜ੍ਹ ਰਿਹਾ ਕਿ ਜਿਹੜਾ ਅਰਸ਼ਦ ਨਦੀਮ ਹੈ ਨਾ, ਉਹਨਾਂ ਦੇ ਕੋਲ ਨੇਜ਼ਾ ਜਿਹੜਾ ਹੈ ਨਾ ਜੂਲੀਅਨ, ਉਹ ਖਰੀਦਣ ਦੇ ਪੈਸੇ ਨਹੀਂ ਆਉਣ, ਅਤੇ ਜਿਹੜਾ ਉਹਦਾ ਦੋਸਤ ਹੈ ਨਾ ਨੀਰਜ ਚੋਪੜਾ ਇੰਡੀਅਨ, ਉਹ ਸਾਨੂੰ ਇੱਕ ਨਾ ਗਿਫਟ ਕੀਤਾ ਹੈ, ਇੱਕ ਜੂਲੀਅਨ ਉਹਨੂੰ ਇੱਕ ਗਿਫਟ ਕੀਤਾ ਹੈ ਇੱਕ ਨੇਜ਼ਾ। ਯਾਨੀ ਕਿ ਨੇਜ਼ਾ ਬਹੁਤ ਮਹਿੰਗਾ ਹੁੰਦਾ ਨਾ, ਓਲੰਪਿਕ 'ਚ ਇਸਤੇਮਾਲ ਹੁੰਦਾ ਹੈ, ਅਤੇ ਨੀਰਜ ਚੋਪੜਾ ਅਰਸ਼ਦ ਨਦੀਮ ਨੂੰ ਨੇਜ਼ਾ ਗਿਫਟ ਕੀਤਾ। ਅਤੇ ਇਸ ਤਰ੍ਹਾਂ ਦਾ ਯਾਨੀ ਉਹਨਾਂ ਦੀ ਦੋਸਤੀ ਹੈ, ਉਹਨਾਂ ਦਾ ਪਿਆਰ, ਉਹਨਾਂ ਦੀ ਮੁਹੱਬਤ ਹੈ, ਤਾਂ ਮਾਵਾਂ ਵੀ ਬਜਾ ਤੌਰ 'ਤੇ ਦੋਵਾਂ ਦੀਆਂ ਮਾਵਾਂ ਵੀ, ਅਤੇ ਦੋਨਾਂ ਬਲਕਿ ਮੈਂ ਨਾ ਕਿ ਦੋਵਾਂ ਮੁਲਕਾਂ ਦੀਆਂ ਮਾਵਾਂ ਨੂੰ ਜਿਹੜੀਆਂ ਰੀਪ੍ਰਜੈਂਟ ਕਰ ਰਹੀਆਂ ਨੇ, ਅਰਸ਼ਦ ਦੀ ਮਾਂ ਅਤੇ ਚੋਪੜਾ ਦੀ ਮਾਂ, ਅਤੇ ਦੋਵਾਂ ਮਾਵਾਂ ਨੂੰ ਸਲਾਮ ਅਤੇ ਪਿਆਰ ਮੁਹੱਬਤ ਅੱਲਾ ਕਰੇ ਕਿ ਇਸ ਤਰ੍ਹਾਂ ਵੱਧਦਾ ਰਹੇ, ਅਤੇ ਇਹ ਜਿਹੜੀਆਂ ਦੋਵਾਂ ਮੁਲਕਾਂ ਦੇ ਦਰਮਿਆਨ ਨਫ਼ਰਤਾਂ ਨੇ, ਲੋਕਾਂ ਦੇ ਦਰਮਿਆਨ ਨਫ਼ਰਤਾਂ ਅਤੇ ਇੱਕ ਦੂਰਤਾਂ ਪੈਦਾ ਹੋਈਆਂ ਨੇ, ਉਹ ਖਤਮ ਹੋਵਣ, ਅਤੇ ਦੋਵੇਂ ਮੁਲਕ ਆਪਸ ਦੇ ਵਿੱਚ ਕਰੀਬ ਆਵਣ, ਪਿਆਰ ਮੁਹੱਬਤ ਨਾਲ ਰਵਣ, ਅਮਨ ਨਾਲ ਰਵਣ। ਕਿਉਂਕਿ ਅਮਨ ਅਤੇ ਪਿਆਰ ਮੁਹੱਬਤ ਨਾਲ ਹੀ ਦੋਵਾਂ ਮੁਲਕਾਂ ਦੀ ਆਵਾਮ ਦਾ ਫਾਇਦਾ ਹੈ, ਦੋਵਾਂ ਮੁਲਕਾਂ ਦਾ ਫਾਇਦਾ ਹੈ, ਅਤੇ ਇਸ ਧਰਤੀ ਦੇ ਦਾ ਮੁਸਤਕਬਿਲ ਪਿਆਰ ਅਤੇ ਮੁਹੱਬਤ ਨਾਲ ਹੀ ਜੁੜਿਆ ਹੈ। ਅਗਰ ਜੰਗੋ ਜਦਲ ਅਤੇ ਇਹ ਨਫ਼ਰਤਾਂ ਅਤੇ ਇਹ ਜੰਗਾਂ ਅਤੇ ਹਥਿਆਰ ਇਸ ਤਰੀਕੇ ਹੀ ਆਪਾਂ ਖਰੀਦਦੇ ਰਹੇ, ਤਾਂ ਆਪਾਂ ਇੱਕ ਦਿਨ ਤਬਾਹ ਹੋ ਜਾਣਾ ਹੈ। ਆਪਾਂ ਕਿਉਂ ਨਾ ਜੰਗ ਲੜੀਏ ਗੁਰਬਤ ਦੇ ਖਿਲਾਫ਼, ਬੇਰੁਜ਼ਗਾਰੀ ਦੇ ਖਿਲਾਫ਼, ਜਹਾਲਤ ਦੇ ਖਿਲਾਫ਼ ਜੰਗ ਲੜੀਏ, ਟੈਕਨੋਲੋਜੀ ਸਿੱਖੀਏ ਇੱਕ ਦੂਏ ਤੋਂ, ਤਿਜਾਰਤ ਕਰੀਏ ਇੱਕ ਦੂਏ ਨਾਲ, ਅਤੇ ਪਿਆਰ ਵੰਡੀਏ ਇੱਕ ਦੂਏ ਦੇ ਨਾਲ। ਇਹਦੇ ਨਾਲ ਇਜਾਜ਼ਤ ਦਿਓ, ਵੀਡੀਓ ਪਸੰਦ ਆਈ ਤਾਂ ਲਾਈਕ ਕਰ ਦਿਓ, ਇਜਾਜ਼ਤ ਦਿਓ, ਅੱਲਾ ਹਾਫਿਜ਼।